ਧਰਤੀ ਹਵਾ ਅਤੇ ਪਾਣੀ ਬਚਾਉਣ ਦੀ ਜਿਹੜੀ ਗੱਲ ਸਾਡੇ ਗੁਰੂ ਸਾਹਿਬਾਨਾਂ ਦੇ ਸਿਧਾਂਤ, ਉਹਨਾਂ ਨੇ ਗੁਰਬਾਣੀ 'ਚ ਵੀ ਸਾਨੂੰ ਥਾਂ ਥਾਂ ਦੇ ਉੱਤੇ ਇਹਨਾਂ ਦੀ ਮਹੱਤਤਾ ਦੱਸੀ ਹੈ, ਇਹਨਾਂ ਨੂੰ ਬਚਾਉਣਾ ਕਿਵੇਂ ਹੈ ਉਹਦੇ ਬਾਰੇ ਅਸੀਂ ਤੁਰੇ ਹੋਏ ਹਾਂ। ਤਾਂ ਕਾਲੇ ਪਾਣੀ ਦਾ ਮੋਰਚਾ ਇਸ ਕਰਕੇ ਕਿ ਉਹ ਕਾਲੇ ਪਾਣੀ, ਇੱਕ ਉਹ ਕਾਲੇ ਪਾਣੀ ਜਿਹੜੇ ਟਾਪੂਆਂ ਦੇ ਉੱਤੇ ਸਾਨੂੰ ਸਜਾਵਾਂ ਇੱਥੋਂ ਦੇ ਕੇ ਭੇਜ ਦਿੱਤਾ ਜਾਂਦਾ ਸੀਗਾ ਅਤੇ ਸਾਡੀਆਂ ਹੱਡੀਆਂ ਵੀ ਉੱਥੋਂ ਵਾਪਸ ਨਹੀਂ ਸੀ ਆਉਂਦੀਆਂ। ਦੂਜਾ ਜਿਹੜਾ ਕਾਲਾ ਪਾਣੀ ਸਾਨੂੰ ਹੁਣ ਦਰਿਆਵਾਂ 'ਚ ਪਾ ਕੇ ਉਹ ਕਾਲੇ ਪਾਣੀ, ਉਹ ਜ਼ਹਿਰਾਂ, ਉਹ ਕੈਮੀਕਲ, ਉਹ ਜਿਹੜੇ ਨੇਮ ਜੋ ਵੀ ਉੱਥੇ ਪਤਾ ਨਹੀਂ ਕੀ ਕੁਛ ਗੰਦ ਮੰਦ, ਸੀਵਰੇਜ ਦਾ ਕੋਈ ਐਸਾ ਗੰਦ ਹੈ ਹੀ ਨਹੀਂ, ਕੋਈ ਅਸੀਂ ਜ਼ਹਿਰ, ਕੋਈ ਕੈਮੀਕਲ ਹੈ ਹੀ ਨਹੀਂ ਜਿਹੜਾ ਸਾਡੇ ਦਰਿਆਵਾਂ 'ਚ ਅੱਜ ਨਹੀਂ ਪਾਇਆ ਜਾ ਰਿਹਾ। ਸਾਡੇ ਜੰਮਦੇ ਜਵਾਕਾਂ ਨੂੰ ਤਾਂ ਸ਼ੂਗਰ ਹੋਣ ਲੱਗ ਗਏ, ਕੈਂਸਰ, ਪੀਲੀਏ ਕਾਲੇ ਹੋਣ ਲੱਗ ਗਏ, ਚਮੜੀ ਦੇ, ਹੱਡੀਆਂ ਦੇ ਰੋਗ, ਬਾਹਰ ਜਵਾਕ ਪੈਦਾ ਹੋਣ ਲੱਗ ਗਏ, ਧਰਤੀ ਨੂੰ ਕੈਂਸਰ ਹੋ ਗਿਆ, ਪੰਛੀਆਂ ਨੂੰ ਇੱਥੇ ਕੈਂਸਰ ਹੋ ਗਿਆ, ਪਸ਼ੂਆਂ ਨੂੰ ਕੈਂਸਰ ਹੋ ਗਿਆ, ਰੁੱਖਾਂ ਨੂੰ ਕੈਂਸਰ ਹੋ ਗਿਆ। ਲੋਕਾਂ ਨੂੰ ਲਾਮਬੰਦ ਕਰਨ ਲਈ 15 ਅਗਸਤ ਨੂੰ ਵੱਡਾ ਅਸੀਂ ਮਾਰਚ ਰੱਖਿਆ ਲੁਧਿਆਣੇ 'ਚ, 15 ਸਤੰਬਰ ਨੂੰ ਅਸੀਂ ਜੇ ਨਹੀਂ ਹੱਲ ਹੁੰਦਾ ਤਾਂ ਸਰਕਾਰ ਨੂੰ ਅਸੀਂ ਇਹ ਕਹਿ ਚੁੱਕੇ ਹਾਂ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਇਹ ਬੁੱਢੇ ਦਰਿਆ ਦੇ ਵਿੱਚ ਅਸੀਂ ਬੰਨ ਮਾਰ ਦੇਣਾ। ਸਾਡੇ ਲੋਕ ਮਾੜਾ ਜਿਹਾ ਪਾਣੀ ਪੈ ਜੇ, ਮੀਂਹ ਪੈ ਜੇ ਅਤੇ ਨਾਲ ਨਾਲ ਕੰਘਾਂ ਚੱਕ ਕੇ ਤੁਰ ਪੈਂਦੇ ਵੀ ਗੁਆਂਢੀ ਸਾਡੇ ਕਿਤੇ ਪਾਣੀ ਨਾ ਵੱਢ ਜੇ, ਸਾਡੀ ਫਸਲ ਨਾ ਮਰ ਜੇ। ਅਸੀਂ 6 ਮਹੀਨਿਆਂ ਦੀ ਫਸਲ ਨੂੰ ਬਚਾਉਣ ਲਈ ਤਾਂ ਅਸੀਂ ਝੱਟ ਤਿਆਰ ਹੋ ਜਾਂਦੇ ਹਾਂ, ਪਰ ਜਿਹੜਾ ਪਾਣੀ ਦੇ ਨਾਲ ਸਾਡੀਆਂ ਆਉਣ ਵਾਲੀਆਂ ਨਸਲਾਂ ਮਰ ਰਹੀਆਂ ਨੇ ਉਹਦੇ ਲਈ ਅਸੀਂ ਉੱਠ ਕੇ ਲੜਨ ਨੂੰ ਤਿਆਰ ਹਾਂ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ, ਮੈਂ ਇਕਬਾਲ ਸਿੰਘ ਫੱਗੂਵਾਲਾ। ਅਸੀਂ ਅੱਜ ਮਸਤੋਣਾ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਬਾਈ ਲੱਖਾ ਸਿਧਾਣਾ ਜੀ ਪਹੁੰਚੇ ਨੇ, ਕਿਉਂਕਿ ਵਾਤਾਵਰਨ ਪ੍ਰੇਮੀ ਹੋਣ ਕਰਕੇ, ਜੁਝਾਰੂ ਹੋਣ ਕਰਕੇ ਇਹਨਾਂ ਨੇ ਤੁਹੀਆ ਕਰਿਆ ਵੀ ਜ਼ਿੰਦਗੀ ਦੇ ਜਿਹੜੇ ਰਹਿੰਦੇ ਪਲ ਨੇ ਜਾਂ ਜ਼ਿੰਦਗੀ ਦੇ ਜਿਹੜੇ ਰਹਿੰਦੇ ਸਵਾਸ ਨੇ ਉਹ ਕੌਮ ਦੇ ਲੇਖੇ, ਪੰਜਾਬ ਦੇ ਲੇਖੇ ਲਾਉਣੇ ਨੇ। ਸਾਡੇ ਨਾਲ ਬਾਈ ਲੱਖਾ ਸਿਧਾਣਾ ਜੀ ਜੁੜੇ ਹੋਏ ਨੇ, ਕਰ ਲੈਣੇ ਗੱਲ। ਬਾਈ ਜੀ, ਕਿਸ ਮੁਹਿੰਮ ਨੂੰ ਲੈ ਕੇ ਸ਼ੁਰੂ ਕੀਤਾ ਇਹ? ਧਰਤੀ ਹਵਾ ਅਤੇ ਪਾਣੀ ਬਚਾਉਣ ਦੀ ਜਿਹੜੀ ਗੱਲ ਸਾਡੇ ਗੁਰੂ ਸਾਹਿਬਾਨਾਂ ਦੇ ਸਿਧਾਂਤ, ਉਹਨਾਂ ਨੇ ਗੁਰਬਾਣੀ 'ਚ ਵੀ ਸਾਨੂੰ ਥਾਂ ਥਾਂ ਦੇ ਉੱਤੇ ਇਹਨਾਂ ਦੀ ਮਹੱਤਤਾ ਦੱਸੀ ਹੈ, ਇਹਨਾਂ ਨੂੰ ਬਚਾਉਣਾ ਕਿਵੇਂ ਹੈ ਉਹਦੇ ਬਾਰੇ ਅਸੀਂ ਤੁਰੇ ਹੋਏ ਹਾਂ। ਤਾਂ ਮੇਰੀ ਲੰਮੇ ਸਮੇਂ ਤੋਂ ਲੜਾਈ ਜਿਹੜੀ ਜਾਰੀ ਆ ਉਹ ਪੰਜਾਬ ਦੇ ਰੁੱਖਾਂ ਨੂੰ ਲੈ ਕੇ ਆ। 16 ਸਾਲ ਤੋਂ ਮੈਂ ਇਹ ਲਾ ਵੀ ਰਿਹਾ ਅਤੇ ਲੜ ਵੀ ਰਿਹਾ ਵੀ ਰੁੱਖ ਨਾ ਵੱਢੇ ਪੱਟੇ ਜਾਣ। ਅੱਜ ਅਸੀਂ ਮਸਤੂਆਣਾ ਸਾਹਿਬ 'ਚ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ 'ਚ ਇਕੱਠੇ ਹੋਏ ਹਾਂ ਕਾਲੇ ਪਾਣੀਆਂ ਦੇ ਮੋਰਚੇ ਨੂੰ ਲੈ ਕੇ। ਕਾਲੇ ਪਾਣੀ ਦਾ ਮੋਰਚਾ ਇਸ ਕਰਕੇ ਕਿ ਉਹ ਕਾਲੇ ਪਾਣੀ, ਇੱਕ ਉਹ ਕਾਲੇ ਪਾਣੀ ਜਿਹੜੇ ਟਾਪੂਆਂ ਦੇ ਉੱਤੇ ਸਾਨੂੰ ਸਜਾਵਾਂ ਇੱਥੋਂ ਦੇ ਕੇ ਭੇਜ ਦਿੱਤਾ ਜਾਂਦਾ ਸੀਗਾ ਅਤੇ ਸਾਡੀਆਂ ਹੱਡੀਆਂ ਵੀ ਉੱਥੋਂ ਵਾਪਸ ਨਹੀਂ ਸੀ ਆਉਂਦੀਆਂ। ਹੁਣ ਦੂਜਾ ਜਿਹੜਾ ਕਾਲਾ ਪਾਣੀ ਸਾਨੂੰ ਹੁਣ ਦਰਿਆਵਾਂ 'ਚ ਪਾ ਕੇ ਉਹ ਕਾਲੇ ਪਾਣੀ, ਉਹ ਜ਼ਹਿਰਾਂ, ਉਹ ਕੈਮੀਕਲ, ਉਹ ਜਿਹੜੇ ਨੇਮ ਜੋ ਵੀ ਉੱਥੇ ਪਤਾ ਨਹੀਂ ਕੀ ਕੁਛ ਗੰਦ ਮੰਦ, ਸੀਵਰੇਜ ਦਾ ਕੋਈ ਐਸਾ ਗੰਦ ਹੈ ਹੀ ਨਹੀਂ, ਕੋਈ ਅਸੀਂ ਜ਼ਹਿਰ, ਕੋਈ ਕੈਮੀਕਲ ਹੈ ਹੀ ਨਹੀਂ ਜਿਹੜਾ ਸਾਡੇ ਦਰਿਆਵਾਂ 'ਚ ਅੱਜ ਨਹੀਂ ਪਾਇਆ ਜਾ ਰਿਹਾ, ਧਰਤੀ ਹੇਠਾਂ ਬੋਰ ਕਰਕੇ ਪੱਤਣਾ ਸੁੱਟਿਆ ਜਾ ਰਿਹਾ। ਇਹ ਬਹੁਤ ਗੰਭੀਰ ਚਿੰਤਾ ਦਾ ਵਿਸ਼ਾ, ਇਹਦੇ ਇਹ ਨੇ ਸਾਨੂੰ ਘਰ ਘਰ, ਉਹ ਕਿਹੜੀ ਬਿਮਾਰੀ ਹੈ ਜਿਹੜੀ ਇਸ ਵੇਲੇ ਜੀ ਤੋਂ ਪੰਜਾਬੀ ਪੀੜਿਤ ਨਹੀਂ ਹੈਗੇ। ਸਾਡੇ ਜੰਮਦੇ ਜਵਾਕਾਂ ਨੂੰ ਤਾਂ ਸ਼ੂਗਰ ਹੋਣ ਲੱਗ ਗਏ, ਕੈਂਸਰ, ਪੀਲੀਏ ਕਾਲੇ ਹੋਣ ਲੱਗ ਗਏ, ਚਮੜੀ ਦੇ, ਹੱਡੀਆਂ ਦੇ ਰੋਗ, ਬਾਹਰ ਜਵਾਕ ਪੈਦਾ ਹੋਣ ਲੱਗ ਗਏ, ਧਰਤੀ ਨੂੰ ਕੈਂਸਰ ਹੋ ਗਿਆ, ਪੰਛੀਆਂ ਨੂੰ ਇੱਥੇ ਕੈਂਸਰ ਹੋ ਗਿਆ, ਪਸ਼ੂਆਂ ਨੂੰ ਕੈਂਸਰ ਹੋ ਗਿਆ, ਰੁੱਖਾਂ ਨੂੰ ਕੈਂਸਰ ਹੋ ਗਿਆ, ਸਾਡੇ ਬਾਗ ਸੁੱਕ ਗਏ ਅਤੇ ਹੋਰ ਫਲ ਕਾਲੇ ਪਾਸੇ ਧਰਤੀ ਦੇ ਉੱਤੇ ਪਾਣੀ ਲੱਗਣ ਕਰਕੇ ਫਸਲਾਂ ਮਰ ਰਹੀਆਂ ਨੇ। ਜਾਣੇ ਇੰਨਾ ਗੰਭੀਰ ਹੋ ਗਿਆ ਇਹ ਮਸਲਾ
ਵੀ ਸਾਡੀਆਂ ਹੁਣ ਰਿਪੋਰਟਾਂ ਜਿਹੜੀਆਂ ਆ ਰਹੀਆਂ ਇਹ ਪਾਣੀ ਕਰਕੇ, ਉਹ ਕਹਿੰਦੇ ਵੀ ਤੁਹਾਡੇ ਆਉਣ ਵਾਲੇ ਸਮੇਂ 'ਚ ਜਵਾਕ ਹੀ ਪੈਦਾ ਹੋਣੋਂ ਹਟ ਜਾਣੇ ਆ, ਤਾਂ ਸਾਡੀਆਂ ਨਸਲਾਂ ਦਾ ਖਾਤਮਾ। ਇਹਨੂੰ ਕਹਿੰਦੇ ਨਸਲਕੁਸ਼ੀ, ਵੀ ਕਿਵੇਂ ਕਿਸੇ ਨਸਲਾਂ ਦਾ ਘਾਣ ਕਰਨਾ, ਉਹਨੂੰ ਖਤਮ ਕਰਨਾ, ਉਹ ਪਾਣੀ ਨਾਲ ਕੀਤਾ ਜਾ ਰਿਹਾ। ਪਾਣੀ ਡੂੰਘੇ ਵੀ ਹੋ ਰਹੇ ਨੇ, ਦਿਨੋਂ ਦਿਨ ਸਾਡੇ ਪਾਣੀਆਂ ਦਾ ਪੱਧਰ ਥੱਲੇ ਨੂੰ ਜਾ ਰਿਹਾ ਅਤੇ ਪਾਣੀਆਂ ਨੂੰ ਜ਼ਹਿਰੀਲਾ ਵੀ ਕੀਤਾ ਜਾ ਰਿਹਾ। ਇਸ ਲਈ ਅੱਜ ਅਸੀਂ ਲੁਧਿਆਣਿਓਂ ਚੱਲ ਕੇ ਅਸੀਂ ਫਿਰੋਜ਼ਪੁਰ, ਮੋਗਾ, ਫਰੀਦਕੋਟ, ਮਾਨਸਾ, ਬਠਿੰਡਾ, ਬਰਨਾਲਾ, ਅੱਜ ਸੰਗਰੂਰ ਸਾਡੀ ਮੀਟਿੰਗ ਹੋਈ ਆ ਲੋਕਾਂ ਨੂੰ ਲਾਮਬੰਦ ਕਰਨ ਲਈ। 15 ਅਗਸਤ ਨੂੰ ਵੱਡਾ ਅਸੀਂ ਮਾਰਚ ਰੱਖਿਆ ਲੁਧਿਆਣੇ 'ਚ, 15 ਸਤੰਬਰ ਨੂੰ ਅਸੀਂ ਜੇ ਨਹੀਂ ਹੱਲ ਹੁੰਦਾ ਤਾਂ ਸਰਕਾਰ ਨੂੰ ਅਸੀਂ ਇਹ ਕਹਿ ਚੁੱਕੇ ਹਾਂ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਇਹ ਬੁੱਢੇ ਦਰਿਆ ਦੇ ਵਿੱਚ ਅਸੀਂ ਬੰਨ ਮਾਰ ਦੇਣਾ। ਬਾਈ ਜੀ, ਕਹਿੰਦੇ ਨੇ ਵੀ ਭਗਤ ਸਿੰਘ ਜੰਮੇ ਤਾਂ ਸਹੀ ਪੰਜਾਬ ਦੇ ਵਿੱਚ, ਪਰ ਗਵਾਂਢੀਆਂ ਜੰਮੇ, ਤੁਸੀਂ ਸੰਘਰਸ਼ ਲੜਦੇ ਹੋ, ਤੁਹਾਨੂੰ ਇਹਨਾਂ ਜਿਹੀਆਂ ਗੱਲਾਂ ਦਾ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ? ਦੇਖੋ, ਜਦੋਂ ਕਿਸੇ ਕਹਿੰਦੇ ਹੁੰਦੇ ਕਿਸੇ ਵੀ ਚੀਜ਼ ਨਾਲ ਬੰਦੇ ਨੂੰ ਇਸ਼ਕ ਹੋ ਜਾਵੇ ਨਾ, ਮੁਹੱਬਤ ਹੋ ਜਾਵੇ, ਤਾਂ ਬੰਦਾ ਉਹਦੇ ਲਈ ਆਪਣੇ ਜਾਨ ਦੀ ਪਰਵਾਹ ਵੀ ਨਹੀਂ ਕਰਦਾ, ਆਪਣਾ ਸਾਰਾ ਕੁਝ ਦਾਅ 'ਤੇ ਲਾ ਦਿੰਦਾ। ਇਸ ਧਰਤੀ ਨਾਲ ਇਸ਼ਕ ਆ, ਇਹਦੇ ਪਾਣੀਆਂ ਨਾਲ ਵੀ ਇਸ਼ਕ ਆ। ਮੈਂ ਸਟੇਜ 'ਤੇ ਵੀ ਗੱਲ ਸੁਣਾਈ ਹੈ ਵੀ ਸਾਡੇ ਲੋਕਾਂ ਦੇ ਹਾਲਾਤ ਕਹੇ ਜੇ ਨੇ, ਸਾਡੇ ਲੋਕ ਮਾੜਾ ਜਿਹਾ ਪਾਣੀ ਪੈ ਜੇ ਜਾਂ ਮੀਂਹ ਪੈ ਜੇ ਅਤੇ ਨਾਲ ਨਾਲ ਕੰਘਾਂ ਚੱਕ ਕੇ ਤੁਰ ਪੈਂਦੇ ਵੀ ਗਵਾਂਢੀ ਸਾਡੇ ਕਿਤੇ ਪਾਣੀ ਨਾ ਵੱਢ ਜੇ, ਸਾਡੀ ਫਸਲ ਨਾ ਮਰ ਜੇ। ਅਸੀਂ 6 ਮਹੀਨਿਆਂ ਦੀ ਫਸਲ ਨੂੰ ਬਚਾਉਣ ਲਈ ਤਾਂ ਅਸੀਂ ਝੱਟ ਤਿਆਰ ਹੋ ਜਾਂਦੇ ਹਾਂ, ਪਰ ਜਿਹੜਾ ਪਾਣੀ ਦੇ ਨਾਲ ਸਾਡੀਆਂ ਆਉਣ ਵਾਲੀਆਂ ਨਸਲਾਂ ਮਰ ਰਹੀਆਂ ਨੇ, ਉਹਦੇ ਲਈ ਅਸੀਂ ਉੱਠ ਕੇ ਲੜਨ ਨੂੰ ਤਿਆਰ ਨਹੀਂ ਹੈਗੇ। ਇਹਦੇ ਬਾਰੇ ਬਾਬਰ ਅੱਜ ਤੋਂ 550 ਸਾਲ ਪਹਿਲਾਂ ਤੁਝ ਕੇ ਬਾਬਰੀ 'ਚ ਲਿਖਦਾ, ਕਹਿੰਦਾ ਜਦੋਂ ਮੈਂ ਪੰਜਾਬ ਆਇਆ ਤਾਂ ਮੈਂ ਪੰਜਾਬ ਦੀ ਖੂਬਸੂਰਤੀ ਦੇਖ ਕੇ, ਪੰਜਾਬ ਦੇ ਉੱਤੇ ਕੁਦਰਤ ਕਿੰਨੀ ਮਿਹਰਬਾਨ ਹੈ, ਕਿੰਨੀ ਦਿਆਲ ਆ, ਕਿੰਨੇ ਇਹਨੂੰ ਮਤਲਬ ਕਿ ਮਿੱਠੇ ਅਤੇ ਪਾਕ ਪਾਣੀ ਦਿੱਤੇ ਨੇ, ਕਿੰਨੀ ਜਰਖੇਜ਼ ਧਰਤੀ ਦਿੱਤੀ ਹੈ। ਮੈਂ ਇਸ ਗੱਲੋਂ ਪ੍ਰਸੰਨ ਹੋ ਗਿਆ, ਅੱਲਾਹ ਤਾਲਾ ਦਾ ਮੈਂ ਸ਼ੁਕਰਾਨਾ ਕੀਤਾ ਕਿ ਇਸ ਧਰਤੀ ਨੂੰ ਇਹ ਨਿਆਮਤਾਂ, ਮੇਰੀ ਧਰਤੀ ਦੇ ਮੁਕਾਬਲੇ ਉਹ ਲਿਖਦਾ ਕਿ ਮੇਰੀ ਧਰਤੀ ਪਠਾਰਾਂ ਦੀ ਧਰਤੀ ਹੈ, ਬਰਫਾਨੀ ਧਰਤੀ ਆ, ਪਰ ਇਹ ਧਰਤੀ ਨੂੰ ਪਤਾ ਨਹੀਂ ਕਿਹੜੇ ਕਰਮਾਂ ਵਾਲੀ ਇਹ ਧਰਤੀ ਹੈ ਕਿ ਜਿਹੜੀ ਧਰਤੀ ਦੇ ਉੱਤੇ ਇੰਨੀਆਂ ਨਿਆਮਤਾਂ ਦੇ ਨਾਲ ਨਮਾਜਿਆ ਉਸ ਅੱਲਾਹ ਵਾਹਿਗੁਰੂ ਨੇ। ਤਾਂ ਪਰ ਉਹਨੇ ਇੱਕ ਅਗਲੀ ਗੱਲ ਲਿਖੀ, ਕਹਿੰਦਾ ਇਹ ਉਹ ਲੋਕ ਨੇ, ਪਰਮਾਤਮਾ ਨੇ ਕੋਈ ਕਸਰ ਨਹੀਂ ਛੱਡੀ ਇਹਨਾਂ ਨੂੰ ਕਿਸੇ ਪ੍ਰਕਾਰ ਦੀ, ਹਰ ਤਰ੍ਹਾਂ ਦੀ ਇਹਨਾਂ ਨੂੰ ਸ਼ੈ ਦਿੱਤੀ ਹੈ ਇੱਥੇ, ਪਰ ਕਹਿੰਦਾ ਇਹ ਪੰਜਾਬ ਦੇ ਲੋਕ ਉਹੋ ਜਿਹੇ ਨੇ, ਕਹਿੰਦਾ ਜਿਹੜੇ ਆਪਣੇ ਦਰਿਆਵਾਂ ਵੱਲ, ਆਪਣੇ ਪਾਣੀਆਂ ਵੱਲ ਪਿੱਠ ਕਰਕੇ ਖੜ੍ਹੇ ਨੇ। ਅੱਜ ਤੋਂ 550 ਸਾਲ ਪਹਿਲਾਂ ਬਾਬਰ ਸਾਡੇ ਬਾਰੇ ਇਹ ਗੱਲ ਕਹਿ ਕੇ ਗਿਆ। ਵਾਕਈ ਅਸੀਂ ਉਹੀ ਉਵੇਂ ਅੱਜ ਤੁਰੇ ਆਉਂਦੇ ਹਾਂ, ਉਦੋਂ ਵੀ ਅਸੀਂ ਉਹ ਸਮਾਂ ਜੇ ਬਾਬਰ ਲਿਖਦਾ ਤਾਂ ਇਹਦਾ ਮਤਲਬ ਉਹੋ ਜਿਹਾ ਵੀ ਉਦੋਂ ਵੀ ਸਮਾਂ ਇਹ ਹੋਣਾ ਕਿ ਉਦੋਂ ਵੀ ਸਾਡੇ ਲੋਕ ਪਾਣੀਆਂ ਦੀ ਆਪਣੀ ਪ੍ਰਵਾਹ ਨਹੀਂ ਕਰਦੇ ਸੀ, ਅੱਜ ਵੀ ਅਸੀਂ ਉੱਚੀ ਖੜ੍ਹੇ ਹਾਂ, ਅੱਜ ਵੀ ਸਾਨੂੰ ਕੋਈ ਇਹਨਾਂ ਗੱਲਾਂ ਨਾਲ ਲੈਣ ਦੇਣ ਨਹੀਂ, ਕੋਈ ਸਰੋਕਾਰ ਨਹੀਂ ਵੀ ਯਾਰ ਕੀ ਲੈਣਾ ਆਪਾਂ ਪਾਣੀਆਂ ਤੋਂ, ਛੱਡੋ ਪਰੇ ਕੋਈ ਗੱਲ ਨਹੀਂ। ਅੱਜ ਸਮਝ ਹੈਗੀ ਆ ਹਰ ਬੰਦੇ ਨੂੰ ਪਤਾ ਕਿ ਮੈਂ ਪਾਣੀ ਨੂੰ ਹੀ ਵਰਤਣਾ, ਮੈਂ 12 ਮਹੀਨੇ 30 ਦਿਨ ਮੈਂ 24 ਘੰਟੇ ਪਾਣੀ ਨੂੰ ਹੀ ਵਰਤਣਾ, ਪਾਣੀ ਤਾਂ ਬਿਨਾਂ ਤਾਂ ਅਸੀਂ ਮਰ ਜਾਂਗੇ। ਪਾਣੀ ਤਾਂ ਤੁਸੀਂ 24 ਘੰਟੇ ਪਾਣੀ ਨਾ ਮਿਲੇ ਬੰਦੇ ਨੂੰ ਮਰ ਜੂਗਾ, ਬੰਦਾ ਚਾਹੇ ਤੁਸੀਂ ਰੋਟੀ 10 ਦਿਨ ਨਾ ਖਾਓ ਤੁਸੀਂ ਮਰੋਗੇ ਨਹੀਂ। ਪਰ ਫਿਰ ਵੀ ਆਪਾਂ ਪਤਾ ਨਹੀਂ ਇੰਨੇ ਨਖਿੱਧ ਇੰਨੇ ਨਿਕੰਮੇ ਕਿਉਂ ਹੋ ਗਏ, ਐਡਾ ਗੰਭੀਰ ਮਸਲਾ। ਤੁਸੀਂ ਜਵਾਕਾਂ ਨੂੰ ਚੱਕ ਕੇ ਹਸਪਤਾਲਾਂ ਨੂੰ ਤੁਰੇ ਫਿਰਦੇ ਹੋ ਵੀ ਸਾਡੇ ਜਵਾਕ ਨੂੰ ਆਹ ਬਿਮਾਰੀ ਹੋ ਗਈ, ਸਾਡੇ ਨੂੰ ਆਹ ਹੋ ਗਈ, ਤੁਸੀਂ ਆਪ ਰੋਜ਼ ਹਸਪਤਾਲਾਂ ਤੁਰੇ ਫਿਰਦੇ ਹੋ, ਤੁਹਾਡੇ ਘਰਾਂ ਦੇ ਵਿੱਚ ਝੋਲੇ ਭਰੇ ਪਏ, ਲਫਾਫੇ ਭਰੇ ਪਏ ਗੋਲੀਆਂ ਦੇ, ਦਵਾਈਆਂ ਦੇ, ਰੋਜ਼ ਖਾਈ ਜਾਂਦੇ, ਬਲੱਡ ਵੱਧ ਗਿਆ ਜੀ, ਘੱਟ ਗਿਆ ਜੀ, ਸ਼ੂਗਰ ਹੋ ਗਿਆ ਜੀ, ਕੈਂਸਰ ਹੋ ਗਿਆ ਜੀ, ਸਿਰ ਦੁਖਦਾ ਜੀ, ਗੋਡੇ ਦੁਖਦੇ ਆ ਜੀ, ਇਹ ਪਾਣੀ ਕਰਕੇ ਆ। ਉਹ ਜੜ੍ਹ ਨੂੰ ਤੁਸੀਂ ਜਿਹੜੀ ਜਾੜਾ ਬਿਮਾਰੀ ਦੀ ਉਹਨੂੰ ਮਾਰਨ ਨਹੀਂ ਚਾਹੁੰਦੇ, ਉਹਨੂੰ ਮਾਰਨ ਦੀ ਬਜਾਏ ਤੁਸੀਂ ਇਕੱਲਾ ਡੰਗ ਟਪਾਈ ਜਾਂਦੇ ਹੋ ਹਸਪਤਾਲਾਂ ਜਾ ਕੇ ਜਾਂ ਬਿਮਾਰੀ ਨੂੰ ਦੂਰ ਕਰਨ ਨੂੰ ਫਿਰਦੇ ਹੋ, ਉੱਤੋਂ ਉੱਤੋਂ ਨਹੀਂ ਹੋਣੀ।
ਬਾਈ ਜੀ, ਇਸ ਪਾਣੀ ਨੂੰ ਲੈ ਕੇ, ਬੁੱਢੇ ਦਰਿਆ ਦੇ ਪਾਣੀ ਨੂੰ ਲੈ ਕੇ ਭਗਵੰਤ ਸਿੰਘ ਮਾਨ ਪਾਣੀ ਪੀਂਦੇ ਨੇ, ਉਹ ਤੇ ਸੰਘਰਸ਼ ਵੀ ਲੜਦੇ ਨੇ, ਹੁਣ ਵੀ ਕੋਈ ਸਾਥ ਮਿਲ ਰਿਹਾ ਸਰਕਾਰ ਵੱਲੋਂ? ਜਿਵੇਂ ਸੰਤ ਸੀਚੇਵਾਲ, ਉਹਨਾਂ ਨੂੰ ਵੀ ਤੁਸੀਂ ਅਪੀਲ ਕਰੋਗੇ ਵੀ ਤੁਹਾਡੇ ਸੰਘਰਸ਼ ਦੇ ਵਿੱਚ ਸ਼ਾਮਲ ਹੋ? ਬਲਵੀਰ ਸਿੰਘ ਸੀਚੇਵਾਲ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਵਾਤਾਵਰਨ ਪ੍ਰੇਮੀ ਹੋ, ਧਰਤੀ ਹਵਾ ਪਾਣੀ ਬਚਾਉਣ ਦੀ ਗੱਲ ਕਰਦੇ ਹੋ, ਤੁਸੀਂ ਇੱਕ ਵਾਰੀ ਜੇ ਤੁਸੀਂ ਵਾਕਈ ਸਿਰਦੋਂ ਸੱਚੇ ਹੋ, ਤਨੋਂ ਮਨੋਂ ਸਮਰਪਿਤ ਹੋ ਧਰਤੀ ਨੂੰ ਪਾਣੀਆਂ ਨੂੰ ਬਚਾਉਣ ਲਈ, ਤਾਂ ਤੁਸੀਂ ਇੱਕ ਵਾਰੀ ਸਾਡੇ ਨਾਲ ਉੱਥੇ ਬੁੱਢੇ ਨਾਲੇ 'ਤੇ ਆ ਕੇ ਖੜ੍ਹ ਜਾਓ। ਤੁਸੀਂ 10 ਮਿੰਟ 20 ਮਿੰਟ ਖੜ੍ਹ ਹੀ ਜਾਇਓ, ਤੁਹਾਨੂੰ ਆਪੇ ਪਤਾ ਲੱਗ ਜੂ ਪਾਣੀ ਦੇ ਨੇੜੇ ਜਾਣਾ ਪੀਣਾ ਤਾਂ ਬਹੁਤ ਦੂਰ ਦੀ ਗੱਲ ਆ। ਮੈਂ ਕਹਿੰਦਾ ਛਿੱਟਾ ਵੀ ਉੱਤੇ ਪੈ ਜਾਏ ਸਰੀਰ ਦੇ, ਉਹ ਵੀ ਤੁਹਾਡੀ ਚਮੜੀ ਨੂੰ ਰੋਗ ਲਾ ਦੂਗਾ, ਇੰਨਾ ਜ਼ਹਿਰ ਆ ਉਹਦੇ 'ਚ। ਉੱਥੇ ਇੱਕ ਫੈਕਟਰੀ ਦਾ ਦਰਵਾਜ਼ਾ ਗਲ ਗਿਆ ਲੋਹੇ ਦਾ, ਸਰੀਆਂ ਦਾ, ਉੱਥੇ ਇੱਕ ਚੌਂਕੀਦਾਰ ਖੜ੍ਹਾ, ਅਸੀਂ ਉੱਥੇ ਉਹਨੇ ਸਾਨੂੰ ਬੁਲਾ ਲਿਆ, ਉਹਨੇ ਸਾਨੂੰ ਦੱਸਿਆ ਕਹਿੰਦਾ ਮੈਂ ਪਿਛਲੇ 15 ਸਾਲ ਤੋਂ ਇਹ ਫੈਕਟਰੀ 'ਚ ਕੰਮ ਕਰਦਾ, ਕਹਿੰਦਾ ਜਿਹੜਾ ਦਰਵਾਜ਼ਾ ਥੱਲੋਂ ਥੱਲੋਂ ਗਲਿਆ ਪਿਆ ਕਿਵੇਂ ਗਲਿਆ? ਮੈਂ ਜੀ ਜੰਗਾਲ ਪੈ ਗਈ। ਕਹਿੰਦਾ ਜੰਗਾਲ ਨਹੀਂ ਪਈ, ਬਿਲਕੁਲ ਬੁੱਢਾ ਦਰਿਆ ਐਂ ਵਗਦਾ, ਉੱਤੇ ਫੈਕਟਰੀ ਹੈ। ਕਹਿੰਦਾ ਜਦੋਂ ਇਹ ਦੁੱਲੇ ਪਾਸੋਂ ਪੁਰੇ ਦੀ ਹਵਾ ਵਗਦੀ ਹੈ ਨਾ, ਅਤੇ ਜਿਹੜਾ ਕੈਮੀਕਲ ਉੱਡ ਕੇ ਇਹਦੇ ਦਰਵਾਜ਼ੇ 'ਤੇ ਗੇਟ 'ਤੇ ਪੈਂਦਾ, ਉਹ ਕੈਮੀਕਲ ਨੇ ਇਹ ਲੋਹਾ ਗਾਲਤਾ। ਦੇਖੋ, ਇੱਕ ਲੋਹੇ ਨੂੰ ਛੇ ਸੂਤੇ ਸਰੀਏ ਨੂੰ ਉਹ ਗਾਲ ਰਿਹਾ, ਅਤੇ ਸਾਨੂੰ ਕਿਵੇਂ ਛੱਡੂਗਾ? ਸੋ ਐਡਾ ਗੰਭੀਰ ਮਸਲਾ ਹੋਣ ਦੇ ਬਾਵਜੂਦ ਵੀ ਮੈਂਬਰ ਪਾਰਲੀਮੈਂਟ ਨੇ ਸੀਚੇਵਾਲ ਸਾਹਿਬ ਜਾਂ ਭਗਵੰਤ ਮਾਨ ਦਾ ਖੁਦ ਉੱਥੇ ਆ ਕੇ ਵੀਡੀਓ ਪਾਉਂਦਾ ਰਿਹਾ, ਫਿਰ ਵੀ ਚੁੱਪ ਨੇ। ਫਿਰ ਵੀ ਉੱਥੇ ਲੋਕਾਂ ਨੂੰ ਇੱਕ ਮੈਂ ਹੋਰ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਰਾਹੀਂ, ਉੱਥੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਉੱਥੇ ਲੋਕ ਕੁਛ ਵਲੀਪੁਰ ਪਿੰਡ ਹੋ ਗਿਆ, ਕੋਲ ਕੁਛ ਆਸੇ ਪਾਸੇ ਦੇ ਲੋਕ ਨੇ ਪਿੰਡਾਂ ਦੇ, ਉੱਠ ਕੇ ਸਾਡਾ ਵਿਰੋਧ ਕਰਨਾ ਸ਼ੁਰੂ ਕਰਤਾ ਕਿ ਲੱਖੇ ਕਰਕੇ ਸਾਡੇ ਪਿੰਡਾਂ 'ਚ ਪਾਣੀ ਕੱਢਣ ਨੂੰ ਫਿਰਦੇ ਆ। ਉਹ ਅਸੀਂ ਤਾਂ ਤੁਹਾਡੇ ਪਿੰਡਾਂ ਦੀ ਗੱਲ ਛੱਡੋ, ਅਸੀਂ ਤਾਂ ਕਹਿੰਦੇ ਰਾਜਸਥਾਨ ਦੇ ਲੋਕ ਵੀ ਪਾਣੀ ਪੀਂਦੇ ਆ, ਉਹਨਾਂ ਨੂੰ ਵੀ ਨਾ ਮਾਰੋ ਯਾਰ, ਅੱਜ ਤਾਂ ਪੰਜਾਬ ਦੇ ਲੋਕਾਂ ਨੂੰ ਛੱਡੋ, ਅਸੀਂ ਤਾਂ ਰਾਜਸਥਾਨੀ ਲੋਕਾਂ ਨੂੰ ਬਚਾਉਣ ਦੀ ਵੀ ਗੱਲ ਕਰਦੇ ਹਾਂ ਵੀ ਉਹ ਪਾਣੀ ਇਹ ਵੀ ਪੀ ਇਹ ਪਾਣੀ ਉਹ ਵੀ ਪੀਂਦੇ ਨੇ, ਅਤੇ ਉਹਨਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਇਸ ਗੁੰਮਰਾਹ ਕਨ ਪ੍ਰਚਾਰ 'ਚ ਨਾ ਆਓ ਤੁਸੀਂ, ਇਹ ਪ੍ਰਾਪੇਗੰਡਾ ਸਰਕਾਰ ਦਾ। ਜਿਵੇਂ ਜੀਰੇ ਫੈਕਟਰੀ ਦੇ ਜਦੋਂ ਮੋਰਚਾ ਲੱਗਿਆ ਤਾਂ ਬਰਾਬਰ ਹੀ ਇੱਕ ਉਹਨਾਂ ਨੇ ਧਿਰ ਬਿਠਾਤੀ ਸੀਗੀ ਵੀ ਫੈਕਟਰੀ ਲੱਗਣੀ ਚਾਹੀਦੀ ਆ, ਉਹਨਾਂ ਨੂੰ ਇਹ ਦੱਸ ਕਿਹਾ ਜਾ ਰਿਹਾ ਸਰਕਾਰ ਵੱਲੋਂ, ਕਿਉਂਕਿ ਡਰੇਨ ਹੋਣੀ ਆ ਪੁਰਾਣੀ ਉੱਥੇ, ਵੀ ਡਰੇਨ ਅਸੀਂ ਇਹ ਇੱਥੋਂ ਦੀ ਪੱਟ ਕੇ ਪਾਣੀ ਕੱਢਾਂਗੇ। ਮੈਂ ਕਹਿੰਦਾ ਕੋਈ ਡਰੇਨ ਅਸੀਂ ਨਹੀਂ ਪੱਟਣ ਦੇਣੀ ਕਿਸੇ ਪਾਸੇ, ਅਸੀਂ ਕੋਈ ਟ੍ਰੀਟਮੈਂਟ ਪਲਾਂਟ ਲਾ ਕੇ ਕਹਿ ਦੇਣਗੇ ਵੀ ਆਹ ਪਲਾਂਟ ਲਾ ਦਿੰਦੇ ਪਾਣੀ ਸਾਫ਼ ਕਰਤਾ ਰਹੇ, ਹੁਣ ਪਾਣੀ ਪਾ ਦਿੰਦੇ। ਅਸੀਂ ਜ਼ਹਿਰ ਵਾਲਾ ਪਾਣੀ ਦਾ ਕਿਸੇ ਪਿੰਡ ਸ਼ਹਿਰ ਦੇ ਵਿੱਚ, ਕਿਸੇ ਸੂਏ ਕੱਸੀ ਨਹਿਰ ਦਰਿਆ ਦੇ ਵਿੱਚ, ਕਿਸੇ ਨਾਲੇ ਦੇ ਵਿੱਚ ਗੰਦਾ ਪਾਣੀ ਦਾ ਬਹੁਤ ਪੈਣਾ ਦੂਰ ਦੀ ਗੱਲ ਆ। ਅਸੀਂ ਸਾਫ਼ ਕੀਤਾ ਹੋਇਆ ਪਾਣੀ ਵੀ ਇੱਕ ਚਮਚਾ ਨਹੀਂ ਪੈਣ ਦੇਣਾ ਚਾਹੁੰਦੇ, ਇਹ ਲੜਾਈ ਲੜਾਂਗੇ। ਉਹਨਾਂ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਤੁਸੀਂ ਇਹ ਚੱਕਰ 'ਚ ਨਾ ਆਓ, ਅਸੀਂ ਤੁਹਾਡੇ ਨਾਲ ਹਾਂ, ਤੁਸੀਂ ਸਾਡੇ ਨਾਲ ਖੜੋ। ਆਪਾਂ ਇਕੱਲਾ ਤੁਹਾਡੇ 10-20 ਪਿੰਡਾਂ ਨੂੰ ਨਹੀਂ, ਆਪਾਂ ਹਜ਼ਾਰਾਂ ਸੈਂਕੜੇ ਪਿੰਡ ਨੇ ਜਿਹੜੇ ਪੂਰਾ ਮਾਲਵਾ ਪ੍ਰਭਾਵਿਤ ਹੋ ਰਿਹਾ, ਰਾਜਸਥਾਨ ਪ੍ਰਭਾਵਿਤ ਹੋ ਰਿਹਾ, ਆਪਾਂ ਉਹਨਾਂ ਲੋਕਾਂ ਨੂੰ ਬਚਾਉਣ ਲਈ ਲੜਾਈ ਲੜ ਰਹੇ ਹਾਂ। ਸੋ ਇਸ ਕਰਕੇ ਬੇਨਤੀ ਆ ਕਿ ਇਹ ਜਿਹੜਾ ਤੁਹਾਡੇ ਅੱਗੇ ਇਹ ਸਰਕਾਰ ਡਰਾਮਾ ਕਰ ਰਹੀ ਹੈ ਕਿ ਅਸੀਂ ਆਹ ਡਰੈਨ ਪੱਟ ਦਾਂਗੇ, ਉਹ ਡਰੈਨ ਪੱਟ ਦਾਂਗੇ, ਉਹ ਡਰੈਨ ਪੱਟ ਕੇ ਲਿਆਉਣ ਗਿਆ ਸਤਲੁਚੀ ਗਾਹਾਂ, ਪਾਣੀ ਇੱਥੋਂ ਪਾ ਦਿਓ, ਚਾਹੇ ਪਾਣੀ ਕੋਈ 5 ਕਿਲੋਮੀਟਰ ਤੋਂ ਦੂਰੋਂ ਪਾ ਦਿਓ, ਪਾਉਣਾ ਤਾਂ ਇਹ ਚਾਹੁੰਦੇ ਸਤਲੁਚ ਹੀ ਹੈ ਨਾ, ਅਤੇ ਸਤਲੁਚ ਅਸੀਂ ਕਿਤੋਂ ਵੀ ਨਹੀਂ ਪੈਰ ਦੇਣਾ, ਚਾਹੇ ਜਮਾਲਪੁਰ ਆ, ਚਾਹੇ ਕਾਸਾਬਾਦ ਆ, ਚਾਹੇ ਬਲੀਪੁਰ ਆ, ਚਾਹੇ ਕੋਈ ਹੋਰ ਕੋਈ ਪੁਆਇੰਟ ਆ। ਅਤੇ ਉਹਨਾਂ ਨੂੰ ਬੇਨਤੀ ਹੈ ਕਿ ਇਹ ਗੁੰਮਰਾਹ ਤੁਸੀਂ ਜਿਹੜਾ ਪ੍ਰਚਾਰ ਇਹ ਕਰ ਰਹੇ ਹੋ ਉਹ 'ਚ ਨਾ ਆਓ। ਵੀਰ ਜੀ, ਇਹ ਮੋਰਚਾ ਜਿਹੜਾ ਪੋਲੀਟੀਕਲ ਆ ਜਾਂ ਨੌਨ ਪੋਲੀਟੀਕਲ ਆ, ਤੁਸੀਂ ਪੰਜਾਬ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਸਾਡੇ ਚੈਨਲ ਦੇ ਮਾਧਿਅਮ? ਦੇਖੋ, ਸਾਰੇ ਇਨਸਾਨ ਇਹ 'ਚ ਹਿੱਸਾ ਲੈਣ, ਉਹ ਪੋਲੀਟੀਕਲ ਹੋਣ, ਉਹ ਨੌਨ ਪੋਲੀਟੀਕਲ ਹੋਣ। ਦੇਖੋ, ਮਸਲਾ ਤਾਂ ਇਹ ਅਮੀਰ ਗਰੀਬ, ਇਹ ਪੋਲੀਟੀਕਲ, ਇਹ ਗੈਰ ਪੋਲੀਟੀਕਲ, ਜਾਂ ਇਹ ਕੋਈ ਹਿੰਦੂ ਸਿੱਖ ਮੁਸਲਮਾਨ ਦਾ ਤਾਂ ਹੈ ਨਹੀਂ, ਪਾਣੀ ਦਾ ਹਰ ਇੱਕ ਹੀ ਪੀਂਦਾ। ਸਿਆਸੀ ਬੰਦੇ ਕਿਹੜਾ ਪਾਣੀ ਨਹੀਂ ਪੀਂਦੇ, ਪਾਣੀ ਦਾ ਹਰ ਇੱਕ ਹੀ ਪੀਂਦਾ।
ਇਹ ਸਾਡਾ ਜਿਹੜਾ ਮੋਰਚਾ ਇਹਦੇ ਵਿੱਚ ਕਈ ਟੀਮਾਂ ਸ਼ਾਮਿਲ ਨੇ ਜੀ, ਚੰਦਰੋਆ ਪੰਜਾਬ ਮੰਚ, ਮੱਤੇਵਾੜਾ ਜੰਗਲ ਬਚਾਓ ਕਮੇਟੀ, ਸਿੱਖ ਸਟੂਡੈਂਟ ਫੈਡਰੇਸ਼ਨ, ਇਸ ਤਰ੍ਹਾਂ ਅਮਤੋਜ ਮਾਨ ਜੀ ਨੇ, ਖਹਿਰਾ ਸਾਹਿਬ ਨੇ, ਆਪਣੇ ਖਹਿਰਾ ਜੀ ਨੇ ਜਿਨ੍ਹਾਂ ਨੇ ਮੱਤੇਵਾੜੇ ਦੀ ਲੜਾਈ ਪਹਿਲਾਂ ਲੜੀ ਹੈ। ਇਸ ਤੋਂ ਇਲਾਵਾ ਕਮਲਜੀਤ ਸਿੰਘ ਬਰਾੜ ਨੇ, ਉਹ ਸਿਆਸੀ ਨੇ ਜਿਹਨਾਂ ਲੁਧਿਆਣੇ ਚੋਣ ਲੜੀ ਹੈ। ਤਾਂ ਇਹ 'ਚ ਹੋਰ ਵੀ ਬਹੁਤ ਬੰਦੇ ਸਾਡੇ ਕੋਲ ਜਿਹੜੇ ਟੈਕਨੀਕਲ ਪੱਖ ਤੋਂ, ਜਸਕੀਰਤ ਸਿੰਘ ਜੀ ਨੇ, ਡਾਕਟਰ ਅਮਨ ਜੀ ਨੇ, ਜਾਣੇ ਵੱਖ ਵੱਖ, ਅੱਜ ਸਾਡੇ ਨਾਲ ਇੱਥੋਂ ਸ਼ਹਿਰ ਸੰਗਰੂਰ ਤੋਂ ਆਪਣੇ ਗਰਗ ਜੀ ਨੇ, ਇਹ ਵੀ ਵਾਤਾਵਰਨ ਪ੍ਰੇਮੀ ਨੇ, ਜਾਣੇ ਇਹ ਸਾਡਾ ਇਹ ਕੋਈ ਇਹਦੇ 'ਚ ਸਾਡੀ ਕੋਈ ਪਾਬੰਦੀ ਨਹੀਂ, ਬੰਦਿਸ਼ ਨਹੀਂ ਵੀ ਉਹ ਨਹੀਂ ਆਸਰਾ ਉਹ ਨਹੀਂ। ਇਹ ਮੈਂ ਕਹਿੰਦਾ ਜਿਹੜਾ ਬੰਦਾ ਇਹ ਲੜਾਈ ਸ਼ਾਮਿਲ ਹੋਣਾ ਚਾਹੁੰਦਾ, ਕੋਈ ਵੀ ਆ, ਕਿਸੇ ਵੀ ਧਿਰ ਦਾ, ਸਭ ਨੂੰ ਖੁੱਲ੍ਹੀ ਛੁੱਟੀ ਆ, ਕਿਉਂਕਿ ਲੜਾਈ ਸਾਰਿਆਂ ਦੀ ਸਾਂਝੀ ਹੈ, ਲੜਾਈ ਸਾਰਿਆਂ ਦੀ ਸਾਂਝੀ ਆ। ਲੱਖਾ ਸਧਾਣਾ ਵੱਲੋਂ ਸਾਰੇ ਪੰਜਾਬ ਦੇ ਲੋਕਾਂ ਨੂੰ, ਪੋਲੀਟੀਕਲ ਨੋਨ ਪੋਲੀਟੀਕਲ ਸਾਰੇ ਧੜਿਆਂ ਨੂੰ ਅਪੀਲ ਕੀਤੀ ਗਈ ਆ ਵੀ ਆਪਣੇ ਆਪਣੇ ਪਲੇਟਫਾਰਮਾਂ 'ਤੇ ਆ ਕੇ ਇਹ ਲੜਾਈ ਨੂੰ ਲੜਿਆ ਜਾਵੇ ਤਾਂ ਕਿ ਪਾਣੀ ਨੂੰ ਬਚਾਇਆ ਜਾਵੇ। ਕੈਮਰਾਮੈਨ ਦੀਪਕ ਦੇ ਨਾਲ ਇਕਬਾਲ ਸਿੰਘ ਫਗੋਲਾ, D5 ਚੈਨਲ ਪੰਜਾਬੀ। ਨਿਡਰ ਹਾਂ, ਨਿਰਪੱਖ ਹਾਂ, ਆਜ਼ਾਦ ਹਾਂ, ਸੱਚ ਕਹਾਂ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਫ਼ਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੁੱਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।